پھر قصیدہ، ایدے بعد پھر قصیدہ، جتنے قصیدے تو سنو سن سو میں جناب سنو ہوں، میں اپنا یہ جڑا دسو جی نال سٹارٹ لے رہا. مبارک محبان آلے باکو، 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 مبارک محبان علی مولا. دراز ہوئے جہاں میں سخی بادشاہ آ گیا ہے، جہاں میں سخی بادشاہ آ گیا ہے. فردے ساری سے پورا غور کر رہے ہیں. جس نے سکھائی کہ کعبے میں وہ مرتلایا گیا ہے، بڑی دنیا دراز ہوئے کہ کعبے میں وہ مرتدا آ گیا ہے. مسلمان اتنے ڈنڈی مار دے جے علی دی ماں اتفاقاً کعبے تو گزر رہی آئی، علی دی آمد ہو گئی، اتفاقاً علی دی ماں گزر رہی آئی تے علی دی آمد ہو گئی. آ میں تو دساں ماں علی دی ماں کعبے دے قریب جویں آئی، شیر تے پورا غور کرنا ہے. جو ملتے اسد پاس کعبے کے آئی، تو دیوار کعبہ دلوں لب پجارے. گاڑی ادنی ادرا دو وین آباد و سلامت رہو سار چو حلالیو. شیر ایسا سنا ما جو حلالیاں دے ہاتھ رب جامین. جو ملتے اسد پاس کعبے کے آئی، تو دیوار کعبہ بھی مسکرائی، تو دیوار کعبہ بھی مسکرائی. وہ جس کی وجہ سے میں قبلہ بنوں گا، میں قبلہ بنوں گا، میرے پاس امبر
ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ। ਆਬਾਦੋ ਸਲਾਮਤ ਰਹੋ, ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਹੋਵੇ। ਪਾਕ ਸਰਵਰੇ ਕਾਇਨਾਤ ਨੇ ਆਪਣੇ ਭਰਾ ਅਲੀ ਨੂੰ ਹੱਥਾਂ ਤੇ ਚਾਇਆ, ਜਦੋਂ ਕਾਬੇ ਚ ਬਾਹਰ ਆਏ ਲੋਕਾਂ ਪੁੱਛਿਆ ਯਾ ਰਸੂਲੱਲਾ ਇਹ ਕੌਣ ਹੈ? ਸਰਕਾਰ ਫਰਮਾਉਂਦੇ ਮੇਰਾ ਵੀਰ ਹੈ, ਮੇਰਾ ਵਜ਼ੀਰ ਹੈ। ਸਰਕਾਰ ਦੇਖ ਕੇ ਫਰਮਾਉਂਦੇ ਇਹ ਮੇਰਾ ਮਦਦਗਾਰ ਬਣ ਕੇ ਆ ਜਾਏ। ਇਹ ਪਹਿਲੇ ਨਬੀਆਂ ਦੀ ਮਦਦ ਕਰਦਾ ਰਿਹਾ, ਛੁਪ ਕੇ ਜ਼ਹਿਰਨ ਮਦਦ ਕਰਨ ਵਾਸਤੇ ਇਹ ਦੁਨੀਆਂ 'ਤੇ ਆ ਗਿਆ ਹੈ। ਇਹ ਅੱਲਾ ਦੇ ਘਰ 'ਚ ਆਇਆ, ਮੈਂ ਦੁਆ ਮੰਗੀ ਆਈ ਵਜਾਲੀ ਮਿਲਤ ਉਨਕਾ ਸੁਲਤਾਨ ਨਸੀਰਾ, ਮੇਰੇ ਅੱਲਾ ਮੁਝੇ ਇੱਕ ਮਦਦਗਾਰ ਅਤਾ ਫਰਮਾ ਔਰ ਆਪਣੀ ਤਰਫ ਸੇ ਅਤਾ ਫਰਮਾ। ਔਰ ਅੱਲਾ ਨੇ ਮੈਨੂੰ ਇਹ ਮਦਦਗਾਰ ਦਿੱਤਾ ਹੈ ਜਿਹੜਾ ਹਰ ਨਬੀ ਦਾ ਮਦਦਗਾਰ ਰਿਹਾ। ਦੇਖ ਕੇ ਦਿਨ ਯਾ ਰਸੂਲ ਅੱਲਾ ਅਲੀ ਆਇਆ ਅੱਜ, ਪਹਿਲੇ ਨਬੀਆਂ ਦਾ ਮਦਦਗਾਰ ਕਿਵੇਂ ਆਈ? ਸਰਕਾਰ ਫਰਮਾਉਂਦੇ ਨੇ ਗੌਰ ਨਾਲ ਸੁਣੋ, ਕੁਝ ਨਾਈ ਜਾਂ ਮੈਂ ਹਮ ਜਾਂ ਇਹ ਅਲੀ ਆਈ, ਕੋਈ ਚੀਜ਼ ਬਣੀ ਵੀ ਨਾ ਆਈ। ਆਓ ਮੈਂ ਤੁਹਾਨੂੰ ਦੱਸਾਵਾਂ ਇਸ ਨਬੀਆਂ ਦੀ ਮਦਦ ਕਿਵੇਂ ਕੀਤੀ ਹੈ। ਸ਼ੇਰ ਤੇ ਪੂਰਾ ਗੌਰ ਕਰਨਾ ਹੈ। ਪਾਕ ਸਰਵਰੇ ਕਾਇਨਾਤ ਲੋਕਾਂ ਦੇ ਪਾਸੇ ਦੇਖ ਕੇ ਫਰਮਾਉਂਦੇ ਬੋਲੋ ਯਾਰ, ਤੁਹਾਡੀ ਜ਼ਿੰਦਗੀ ਦੇ ਰਾਤ ਹੋਵੇ। ਤੁਹਾਡੀਆਂ ਜ਼ਿੰਦਗੀਆਂ ਦੇ ਰਾਤ ਹੋਵੇ। ਪਾਕ ਸਰਵਰੇ ਕਹਿਣਾ ਲੋਕਾਂ ਦੇ ਪਾਸੇ ਦੇਖ ਕੇ ਫਰਮਾਉਂਦੇ ਆ, ਸਲਾਮੀ ਫਰਿਸ਼ਤੇ ਕਰੇ ਜਿਸ ਕੇ ਦਰ ਕੀ, ਸਲਾਮੀ ਫਰਿਸ਼ਤੇ ਕਰੇ ਜਿਸ ਕੇ ਦਰ ਕੀ, ਉਸਤਾਦ ਜਬਰੀਲ ਕਾਇਆ ਯਾ ਅਲੀ ਅਲੈਹਿ ਸਲਾਤੁ ਵਸਲਾਮ। ਯਾ ਅਲੀ ਅਲੈਹਿ ਸਲਾਤੁ ਵਸਲਾਮ, ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ। ਸ਼ਹਿਨਸ਼ਾਹ ਅਲੀ ਤੁਹਾਨੂੰ ਉਸਦੇ ਰੱਖੇ, ਕਿਉਂਕਿ ਮੇਰੀ ਇੱਕ ਹਰ ਬੰਦੇ ਦੀ ਇੱਕ ਆਪਣੀ ਰੂਟੀਨ ਹੁੰਦੀ ਹੈ। ਮੈਂ ਮੌਜੂਦ ਅਤੇ ਹੱਟ 'ਤੇ ਕੋਈ ਤਸਵੀਰ ਦੱਬਣ ਨਹੀਂ, ਸਾਰੇ ਹੀ ਜਨਾਬ ਨੂੰ ਮੈਂ ਮੌਜੂਦ ਸੁਣਾਉਣੇ ਤੇ ਲੋ ਕਾਇਨਾਤ ਦੇ ਅਮੀਰ ਦੀ ਆਮਦ ਦਾ ਮੈਂ ਜਨਾਬ ਨੂੰ ਇੱਕ ਹੋਰ ਕਸੀਦਾ ਸੁਣਾਉਂਦਾ। ਹਰ ਪਾਸੇ ਹਨ ਖੁਸ਼ੀਆਂ, ਹਰ ਪਾਸੇ ਹਨ ਖੁਸ਼ੀਆਂ, ਹਰ ਪਾਸੇ ਹਨ ਖੁਸ਼ੀਆਂ, ਹਰ ਪਾਸੇ ਹਨ ਖੁਸ਼ੀਆਂ, ਕਿਉਂਕਿ ਤਸ਼ਰੀਫ ਲੈ ਆਏ। ਜਦੋਂ ਕਾਬੇ ਦੇ ਵਿੱਚ ਜ਼ਹੂਰ ਹੋਇਆ ਤੇ ਕਾਬੇ ਦੇ ਵਿੱਚ ਬਹੁਤ ਬੜੇ ਬੁੱਤ ਰੱਖੇ ਹੋਏ ਹਨ, ਲਾਤ ਮਨਾਤ ਵਗੈਰਾ ਵਗੈਰਾ ਬਹੁਤ ਬੜੇ ਬੁੱਤ ਰੱਖੇ ਹੋਏ ਹਨ। ਜਦੋਂ ਕਾਇਨਾਤ ਦੇ ਅਮੀਰ ਦੀ ਆਮਦ ਹੋਈ, ਹੁਣ ਸ਼ਾਇਰ ਦੀ ਖੂਬਸੂਰਤੀ ਦੇਖਣੀ ਹੈ, ਬੁੱਤਾਂ ਸਰਗੋਸ਼ੀ ਸ਼ੁਰੂ ਕੀਤੀ ਹੈ। ਬੁੱਤ ਹਿੱਕ ਬਹਿ ਦੇ ਬਸ ਦੇ ਪਿਆ ਦੇ ਗੌਰ ਦੇ ਨਾਲ ਸੁਣੋ, ਜਿਹੜਾ ਕਾਬੇ ਦੇ ਵਿੱਚ ਆਇਆ ਹੈ ਸ਼ੇਰ ਜਵਾਨੀ ਚੜ੍ਹਨਾ ਹੈ। ਬੋਲੋ ਯਾਰ ਜਿਹੜਾ ਬੰਦਾ ਬੋਲ ਸਕਦਾ ਹੈ, ਤੁਹਾਡੀਆਂ ਦੀਆਂ ਦਰਾਜ਼ ਹੋਵੇ। ਬੁੱਤ ਹਿੱਕ ਬਹਿ ਦੇ ਬਸ ਦੇ ਪਿਆ ਦੇ ਜਿਹੜਾ ਕਾਬੇ ਦੇ ਵਿੱਚ
ਬਿਸਮਿਲਲਾ ਕਰਾ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ। ਪਾਕ ਸਰਵਰ ਕਾਇਨਾਤ ਨੇ ਪਹਿਲੇ ਵੀ ਗੁਜ਼ਾਰਿਸ਼ ਕੀਤੀ ਹੈ, ਜਦੋਂ ਕਾਬੇ ਚੋਂ ਮਿਹਰਾਬ ਨੂੰ ਚਾਹ ਕੇ ਬਾਹਰ ਆਏ ਤੇ ਲੋਕਾਂ ਨੇ ਬੜਾ ਪੁੱਛਿਆ, ਯਾ ਰਸੂਲ ਅੱਲਾਹ ਇਹਦਾ ਤਾਰੁਫ ਕਰਵਾਓ। ਸਰਕਾਰ ਫਰਮਾਉਂਦੇ ਨੇ ਕੁੱਲ ਦਾ ਕੁੱਲ ਈਮਾਨ ਏ, ਇਹ ਕੁੱਲ ਦਾ ਕੁੱਲ ਕੁਰਾਨ ਏ। ਇਹਦਾ ਨਾਮ ਚਾਵਣ ਨਾਲ ਖਤਮੇ ਕੁਰਾਨ ਦਾ ਸਵਾਬ ਏ, ਇਹ ਕੁੱਲ ਦਾ ਕੁੱਲ ਕੁਰਾਨ ਏ। ਲੋਕ ਦੇਖਿਆ ਤੇ ਯਾ ਰਸੂਲ ਅੱਲਾਹ ਕੁੱਲ ਦਾ ਕੁੱਲ ਕੁਰਾਨ ਕਿਵੇਂ? ਸਰਕਾਰ ਫਰਮਾਉਂਦੇ ਨੇ ਮੇਰੇ ਕਰੀਬ ਆਓ, ਲੋਕ ਕਰੀਬ ਆਏ। ਸਰਕਾਰ ਫਰਮਾਉਂਦੇ ਨੇ ਗੌਰ ਨਾਲ ਸੁਣੋ, ਹਲੇ ਤੁਮੀਰ ਮੂਮੇ ਨਹੀਂ ਨੇ ਬੇ ਤੂੰ ਬਬਲ ਲੂਮੇ ਤੇ ਤੂੰ ਸਾਜਲ ਉਸੀ ਆਏ ਸੇ ਤੂੰ ਸਭ ਤੇ ਕਦਮੇ ਜੀਮ ਤੂੰ ਜਾਮਿਲ ਕੁਰਾਨ ਏ। ਹੇ ਤੂੰ ਹਿਜਲੇ ਮੂਮੇ ਨੇ ਤੇ ਤੂੰ ਖਬਰ ਤੋਂ ਜਹਾਨ ਏ, ਦਾ ਤੂੰ ਦਾ ਫਿਰ ਬਲਾ ਏ, ਦਾ ਤੂੰ ਦਾ ਕੁਲ ਕਬਰੀਆ ਏ, ਰੇ ਤੂੰ ਰਸੂਲ ਲੂਮੇ ਤੇ ਤੂੰ ਜਾਮਿਲ ਬਤੂਨ ਏ। ਸ਼ੀਰ ਤੂੰ ਸਾਜੀ ਕੌਸਰ ਏ, ਸ਼ੀਰ ਤੂੰ ਸ਼ੇਰੇ ਖੁਦਾ ਏ, ਸਵਾਦ ਤੂੰ ਸਾਦਰੇ ਦੀਮ ਏ, ਸਵਾਦ ਤੂੰ ਸਾਮਿਨ ਰੋਦ ਜਦਾ ਏ, ਤੋਏ ਤੂੰ ਤੇਰੇ ਅਤਰੇ, ਤੋਏ ਤੂੰ ਤੇਰੇ ਅਤਰੇ, ਆਏ ਤੂੰ ਨੂੰ ਲਾਏ ਗਏ ਦੂਰ ਦਰ ਫਰ ਦੀਨੇ, ਫੇਰ ਤੂੰ ਫਰੂਕ ਆਦਮ ਏ, ਜਾਬ ਤੂੰ ਤਸਮ ਕਾਨੂੰ ਮਾਸਾ ਦੇ ਕੀਨੇ, ਜਾਬ ਤੂੰ ਕਾਨੂੰ ਮਾਸਾ ਦੇ ਕੀਨੇ, ਲਾਮ ਤੂੰ ਲੈ ਜੇ ਬਿੰਬਰ ਏ, ਨੂਨ ਤੂੰ ਨਾਲ ਸੁਰ ਇਸਲਾਮ ਏ, ਵਾਹ ਤੂੰ ਵਜੂਲਾ ਏ, ਏ ਤੂੰ ਹਾਦੀ ਅਦੀਨੇ ਖੁਦਾ ਏ, ਗੌਰ ਨਾਲ ਦੇਖੋ ਯੇ ਤੂੰ ਯਦੁੱਲਾ ਨਜ਼ਰ ਆਦਾ ਏ। ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ, ਦੇਖ ਕੇ ਅਲੀ ਯਾ ਰਸੂਲ ਅੱਲਾਹ ਕੁਝ ਹੋਰ ਵੀ ਤਾਰਫ ਕਰਾਓ। ਸਰਕਾਰ ਫਰਮਾਉਂਦੇ ਨੇ ਮੇਰੇ ਕਰੀਬ ਆਓ, ਇਹ ਕਰੀਬ ਆ। ਸਰਕਾਰ ਫਰਮਾਉਂਦੇ ਨੇ ਗੌਰ ਨਾਲ ਕੁਝ ਦੀ ਗੱਲ ਕੀਤੀ ਹੈ, ਫਰਮਾਇਆ ਵੇਰ ਕੁਜਾ ਕੇ ਨਾ ਦੇ ਕੋਈ ਇਸ ਵਿੱਚ ਨਾ ਤਕਰਾਰ ਕਰੇ, ਫਰਮਾਇਆ ਵੇਰ ਕੁਜਾ ਕੇ ਨਾ ਦੇ ਕੋਈ ਇਸ ਵਿੱਚ ਨਾ ਤਕਰਾਰ ਕਰੇ, ਬਸ ਉਹ ਬੰਦਾ ਹੀ ਹਲਾਲੀ ਹੈ ਜਿਹੜਾ ਜਦਾ ਨਾਲ ਪਿਆਰ ਕਰੇ, ਜਿਹੜਾ ਜਦਾ ਨਾਲ ਪਿਆਰ ਕਰੇ, ਬਸ ਮਿਲਾ ਕਸੀਦੇ ਦੇ ਦੁਨੀਆ ਦੇ ਬਾਦਸ਼ਾਹ ਜ਼ਾਕਿਰ ਬਿਸਮਿਲਲਾ ਬਾਬਾ ਜੀ ਬਿਸਮਿਲਲਾ। ਮੇਰੇ ਬਾਅਦ ਮੌਲਾ ਦੇ ਬਹੁਤ ਹੀ ਸ਼ਰੀਫ ਜ਼ਾਕਿਰ ਔਰ ਕਸੀਦੇ ਦੇ ਬਾਦਸ਼ਾਹ ਜ਼ਾਕਿਰ ਬਾਬਾ ਸੈਯਦ ਅਲੀ ਰਜ਼ਾ ਸ਼ਾਹ ਸਾਹਿਬ ਤਸ਼ਰੀਫ ਫਰਮਾਏ, ਤੋ ਪ੍ਰੋਗਰਾਮ ਹੋਏ ਤਾਂ ਇੱਕ ਕਸੀਦਾ ਹੋਰ ਪੜ੍ਹ ਲਈ ਹੈ। ਕਸੀਦਾ ਮੈਂ ਰਜਬ ਦੇ ਹਵਾਲੇ ਨਾਲ ਜਨਾਬ ਨੂੰ ਸੁਣਾਉਣਾ ਚਾਹੁੰਦਾ ਔਰ ਇਨਸ਼ਾਅੱਲਾ ਮੈਂ ਜਿਸ ਬੁਲੰਦੀ 'ਤੇ ਛੋੜ ਜਾਣਾ ਹੈ ਬਾਬੇ ਔਰ ਉੱਥੋਂ ਹੀ ਸ਼ੁਰੂ ਕਰਨਾ ਹੈ, ਠੀਕ ਹੈ ਨਾ। ਸਾਡਾ ਤਾਂ ਕੋਈ ਐਡਾ ਜ਼ਾਕਰੀ ਦਾਵਾ ਨਹੀਂ, ਅਸਾਂ ਤਾਂ ਉਹਨਾਂ ਨੂੰ ਸੁਣ ਸੁਣ ਕੇ ਇਸ ਮੁਕਾਮ ਤੱਕ ਪਹੁੰਚੇ, ਠੀਕ ਹੈ। ਤੋ ਕਸੀਦਾ ਮੈਂ ਪੂਰਾ ਰਜਬ ਇਸ ਕਸੀਦੇ ਦੇ ਰੰਗ ਜਨਾਬ ਨੂੰ ਸੁਣਾਉਣਾ ਚਾਹੁੰਦਾ, ਕਿਉਂਕਿ 13 ਰਜਬ ਦੇ ਹਵਾਲੇ ਨਾਲ ਜਸ਼ਨ ਮਨਾਏ ਜਾਂਦੇ ਨੇ। ਪੂਰਾ ਰਜਬ ਅੱਜ ਤੱਕ ਤੁਹਾਨੂੰ ਕਿਸੇ ਨਹੀਂ ਸੁਣਵਾਇਆ, ਠੀਕ ਹੈ। ਤੋ ਪੂਰਾ ਰਜਬ ਮੈਂ ਇਸ ਕਸੀਦੇ 'ਚ ਬੰਦ ਕੀਤਾ ਹੈ ਕਿ ਇਸ ਰਜਬ ਦੇ ਮਹੀਨੇ ਦੇ ਵਿੱਚ ਕਿਹੜੀਆਂ ਕਿਹੜੀਆਂ ਮਾਸੂਮ ਹਸਤੀਆਂ ਦਾ ਜ਼ਹੂਰ ਹੋਏ। ਪ੍ਰੋਗਰਾਮ ਹੈ ਜਨਾਬ ਨੂੰ ਸੁਣਾਈਏ ਕਸੀਦਾ। ਖੁਸ਼ੀਆਂ
کعبہ لعنت کردہ ہے